ਖਾਣੇ ਦੇ ਕੈਂਸਰ ਦੇ ਸੰਬੰਧ ਵਿੱਚ ਮੇਨ ਪਬਲਿਕ ਇੱਕ ਦੇ ਮੁੱਖ ਰੱਖਦੇ ਹੋਏ ਲਾਏ ਜਾਂਦੇ ਕਿਸੇ ਤਰ੍ਹਾਂ ਦੀ ਜੰਗਲ ਪਾਣੀ ਜਾਣ ਲੱਗੇ ਖੂਨ ਆਵੇ ਪੋਟੀ ਨਾਲ ਖੂਨ ਆਵੇ ਉਹ ਪਾਇਲਸ ਵੀ ਹੋ ਸਕਦਾ ਹੈ ਪਾਇਲਸ ਬਵਾਸੀਰ ਕੈਂਸਰ ਵੀ ਹੋ ਸਕਦਾ ਪਾਇਲਸ ਤੇ ਬਵਾਸੀਰ ਵਿੱਚ ਜਿਹੜਾ ਬਲੱਡ ਖੂਨ ਆਉਂਦਾ ਦੋਨਾਂ ਵਿੱਚ ਹੀ ਖੂਨ ਆਉਂਦਾ ਇਸ ਕਰਕੇ ਤੁਹਾਨੂੰ ਇਹ ਦੱਸਣ ਵਾਸਤੇ ਵੀ ਕਿੰਨੇ ਲੋਕਾਂ ਨੂੰ ਹੋ ਸਕਦਾ ਕਿੰਨਿਆਂ ਨੂੰ ਠੀਕ ਰਹਿ ਸਕਦੇ ਆ ਕਿਸ ਤਰ੍ਹਾਂ ਠੀਕ ਰਹਿ ਸਕਦੇ ਆ ਟੋਟਲ ਜਿੰਨੀ ਪਾਪੂਲੇਸ਼ਨ ਹੈ ਜਿੰਨੀ ਆਬਾਦੀ ਇੱਥੇ 600 ਹੈ ਉਸ ਆਬਾਦੀ ਦਾ 60% ਲੋਕਾਂ ਨੂੰ ਕਾਪੀ ਹੋ ਜਾਂਦੀ ਹੈ ਠੀਕ ਹੈ 60% ਵਿੱਚੋਂ 25% ਉਹਦੇ ਵਿੱਚੋਂ ਕੇਸ ਨਿਕਲ ਆਉਂਦੇ ਆ ਬਵਾਸੀਰ ਦੇ ਮੁਕੰਦਰ ਦੇ ਫਿਸਟੁਲਾ ਦੇ ਠੀਕ ਹੈ ਇਸ ਤਰ੍ਹਾਂ ਦੇ ਮਤਲਬ ਫਿਸ਼ਰ ਦੇ ਉਹ ਕੇਸ ਨਿਕਲਦੇ 25% ਯਾਨੀ ਕਿ 25% ਦੇ 150 ਕੇਸ ਇਸ ਤਰ੍ਹਾਂ ਦੇ ਹੁੰਦੇ 150 ਕੇਸਾਂ ਵਿੱਚੋਂ 1% ਕੈਂਸਰ ਦੇ ਕੇਸ ਹੋ ਸਕਦੇ ਇਸ ਕਰਕੇ ਅਸੀਂ ਇਹੀ ਦੱਸਣਾ ਚਾਹੁੰਦੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕਬਜ਼ੀ ਨਾ ਹੋਣ ਦਿਓ ਕਬਜ਼ੀ ਹੋਈ ਨਹੀਂ ਤਾਂ ਉਹ ਜੋਰ ਲਾਉਣਾ ਪੈਂਦਾ ਜੋਰ ਲਾਉਣਾ ਪੈਂਦਾ ਤੇ 40 ਦੇ ਨਾਲ ਬਲੱਡ ਆਉਂਦਾ ਬਲੱਡ ਦੇ ਨਾਲ ਜਿਹੜੇ ਦਾੜੀਆਂ ਹੁੰਦੀਆਂ ਆਪਣੇ ਪਖਾਨੇ ਵਿੱਚ ਬਲੱਡ ਜਿਹਨੂੰ ਖੂਨ ਸਪਲਾਈ ਕਰਕੇ ਖੂਨ ਦਿੰਦੀਆਂ ਆਪਣੇ ਪਖਾਨੇ ਨੂੰ ਉਹ ਦਾੜੀਆਂ ਇਨਫਲਾਮੇਸ਼ਨ ਹੋ ਜਾਂਦੀ ਜਾਣੀ ਕਿ ਉੱਥੇ ਇਨਫੈਕਸ਼ਨ ਹੋ ਜਾਂਦੀ ਹੈ ਉਹ ਫੁੱਲ ਜਾਂਦੀ ਆ ਫੁੱਲ ਕੇ ਮੌਕੇ ਬਣ ਜਾਂਦੇ ਆ ਮੌਕਿਆਂ ਦੇ ਤੁਸੀਂ ਕਹਿੰਦੇ ਮੌਕੇ ਬਵਾਸੀਰ ਹੋ ਗਏ ਉਹ ਬਵਾਸੀਰ ਦਾ ਇਲਾਜ ਓਪਰੇਸ਼ਨ ਹੈਗਾ ਉਹਨਾਂ ਵਿੱਚੋਂ ਉਹਨਾਂ ਨੂੰ ਚੈੱਕ ਕਰਕੇ ਇਹ ਅਸੀਂ ਦੱਸਦੇ ਹਾਂ ਵੀ ਅੱਗੇ ਜੇ ਕੈਂਸਰ ਦਾ ਹੈਗਾ ਆ ਕੈਂਸਰ ਦਾ ਮਰੀਜ਼ ਜਿਹੜਾ ਆ ਉਹਨੂੰ ਪੰਜਾਬ ਸਰਕਾਰ ਵੱਲੋਂ ਚੀਫ ਮਿਨਿਸਟਰ ਮੁੱਖ ਮੰਤਰੀ ਦੇ ਬਣ ਕੇ 1 ਲੱਖ ਰੁਪਈਆ 1.5 ਲੱਖ ਰੁਪਏ ਦੀ ਟ੍ਰੀਟਮੈਂਟ ਮਿਲਦੀ ਉਸ PGI ਵਿੱਚ ਹੁੰਦਾ ਇਲਾਜ ਇਸ ਕਰਕੇ ਅਸੀਂ ਤੁਹਾਡੇ ਵਿੱਚ ਇਹੀ ਚਾਨਣਾ ਪਾਉਣੀ ਚਾਹੁੰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਜਾਣਕਾਰ ਬਣੋ ਅਤੇ ਆਪਣੇ ਪਰਿਵਾਰ ਨੂੰ ਸਮਝਾਓ ਕਿਸੇ ਤਰ੍ਹਾਂ ਦੀ ਕੋਈ ਕਬਜ਼ੀ ਨਾ ਹੋਵੇ ਜੇ ਕਿਸੇ ਨੂੰ ਕਬਜ਼ੀ ਆ ਤਾਂ ਉਹ ਚੈੱਕ ਕਰਾਓ ਦਵਾਈ ਲਓ ਟਾਈਮ ਸਿਰ ਪ੍ਰੋਪਰ ਟਾਈਮ ਸਿਰ ਤੁਸੀਂ ਦਵਾਈ ਲਓਗੇ ਟਾਈਮ ਸਿਰ ਠੀਕ ਹੋਵੋਗੇ ਤਾਂ ਟਾਈਮ ਸਿਰ ਤੁਹਾਡੀ ਸਿਹਤ ਠੀਕ ਰਹੇਗੀ ਨਹੀਂ ਤਾਂ ਫਿਰ ਬਾਅਦ ਵਿੱਚ ਓਪਰੇਸ਼ਨਾਂ ਦਾ ਹੁੰਦਾ ਹੈ ਇਸ ਕਰਕੇ ਇਹ ਓਪਰੇਸ਼ਨਾਂ ਵਿੱਚੋਂ ਜਿਹੜਾ ਮੇਨ ਕੈਂਸਰ ਨਿਕਲਦਾ ਨਾ ਉਹਦੇ 'ਤੇ ਅਸੀਂ ਜੋਰ ਦਿੰਦੇ ਹਾਂ ਜਿਹੜੇ ਪਾਇਲ ਬਵਾਸੀਰ ਮੁਕੰਦਰ ਨਿਕਲਦੇ ਆ ਉਹਦੇ ਓਪਰੇਸ਼ਨ ਅਸੀਂ ਰਾਣਾ ਹੋਸਪਿਟਲ ਵਿੱਚ ਮਾਨਯੋਗ ਸਾਡੇ MD ਸਾਹਿਬ ਡਾਕਟਰ ਹਰਤਿੰਦਰ ਸੂਰੀ ਜਿਹੜੇ ਹੈਗੇ ਆ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਓਪਰੇਸ਼ਨ ਹੁੰਦੇ ਆ ਉਹ ਵੀ ਘੱਟ ਰੇਟ 'ਤੇ ਘੱਟ ਤੋਂ ਘੱਟ ਰੇਟ 'ਤੇ ਕਿਉਂਕਿ ਮਾਨਵਤਾ ਨੂੰ ਮੁੱਖ ਰੱਖਦੇ ਹੋਏ ਠੀਕ ਹੈ ਇਸ ਕਰਕੇ ਕਰਦੇ ਤਾਂ ਕਿ ਭਲਾ ਹੋ ਜਾਵੇ ਤਾਂ ਕਿ ਜੰਗਲੇ ਦੀ ਜ਼ਿੰਦਗੀ ਠੀਕ ਰਹੇ ਹਰਿੰਦਰ ਸੂਰੀ ਜਿਹੜੇ ਕਿ ਸਰਜਨ ਨੇ ਰਾਣਾ ਹੋਸਪਿਟਲ ਉਹਨਾਂ ਦੀ ਅਗਵਾਈ ਹੇਠ ਇਸੇ ਕਰਕੇ ਹੀ ਪਬਲਿਕ ਇੱਕ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਅਵੇਅਰਨੈਸ ਪਿੰਡ ਪਿੰਡ ਜਾ ਕੇ ਦਿੰਦੇ ਹਾਂ ਹਫ਼ਤੇ ਵਿੱਚ 2 ਵਾਰੀ ਕੈਂਪ ਲਾਉਂਦੇ ਹਾਂ ਅਤੇ ਬਾਕੀ ਡਾਕਟਰ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਇੰਨੀ ਮਦਦ ਕੀਤੀ ਜਿਸ ਕਰਕੇ ਇਹ ਕੈਂਪ ਕਾਮਯਾਬ ਹੋਇਆ ਜਿਸ ਤਰ੍ਹਾਂ ਇਹ ਪਿੰਡ ਛੋਟਾ ਜਿਹਾ ਸੀਗਾ 2011 ਸੈਂਸੈਕਸ ਦੇ ਮੁਤਾਬਕ 541 ਘਰ ਸੀ ਫੈਮਿਲੀ ਅੱਜ 650-650 ਹੈ ਘਰ ਅਤੇ ਇੰਨੇ ਥੋੜ੍ਹੇ ਜਿਹੇ ਪਾਪੂਲੇਸ਼ਨ ਹੋਣ ਦੇ ਬਾਵਜੂਦ ਵੀ ਇੰਨੇ ਲੋਕਾਂ ਨੇ ਇਹਦਾ ਹਿੱਸਾ ਲਿਆ ਸਾਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿਉਂਕਿ ਲੋਕਾਂ ਨੂੰ ਪਤਾ ਵੀ ਸਿਹਤ ਕੀ ਚੀਜ਼ ਹੈ ਇਸ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਜੇ ਸਿਹਤ ਠੀਕ ਨਾ ਹੋਈ ਤਾਂ ਇਹ ਦੁਨੀਆ ਹੀ ਆਪਣੇ ਵਾਸਤੇ ਠੀਕ ਨਹੀਂ ਹੋਈ ਇਸ ਕਰਕੇ ਕਾਇੰਡਲੀ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਵੀ ਕਹੋ ਵੀ ਫਾਸਟ ਫੂਡ ਨਾ ਖਾਓ ਤਲੀਆਂ ਚੀਜ਼ਾਂ ਪਕੌੜੇ ਸਮੋਸੇ ਪਰੌਂਠੇ ਨਾ ਖਾਓ ਜੇ ਕਿਤੇ ਖਾਣਾ ਪੈ ਜਾਂਦਾ ਉਸ ਤੋਂ ਡਬਲ ਸਲਾਦ ਖਾਓ ਫਰੂਟ ਖਾਓ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ
ਪਾਣੀ ਵਿੱਚ ਮਤਲਬ ਜੋ ਲਿਕੁਇਡ 10 ਤੋਂ 12 ਗਲਾਸ ਕਿਸੇ ਤਰ੍ਹਾਂ ਦਾ ਵੀ ਲਿਕੁਇਡ ਹੋ ਸਕਦਾ ਸੋ ਇਹ ਵੀ ਸੈਰ ਕਰੋ ਫਿਰ ਤੇ ਪਿੰਡ ਵਿੱਚ ਮੈਂ ਆਇਆ ਬਾਅਦ ਤੇ ਗਰਮੀ ਲੱਗਦੀ ਸੀ ਨਾ ਇੱਥੇ ਆਏ ਦੇਖੋ ਪੱਖੇ ਥੱਲੇ ਬਿਲਕੁਲ ਠੰਡ ਲੱਗ ਰਹੀ ਹੈ ਅਸੀਂ ਉਹਨਾਂ ਸਦਾਜ ਨੂੰ ਕਹਿ ਰਹੇ ਪੱਖਾ ਬੰਦ ਕਰ ਲੇਕਿਨ ਫਿਰ ਬਾਅਦ ਪਿੰਡ ਦਾ ਜਿਹੜਾ ਵੀ ਪਹਿਲਾ ਕੇ ਆਇਆ ਬੜਾ ਮਜ਼ਾ ਆਇਆ ਫਰੈਸ਼ ਹਵਾ ਮਿਲੀ ਇੱਥੇ ਤੁਹਾਨੂੰ ਤਾਂ ਮੁਫ਼ਤ ਵਿੱਚ ਫਰੈਸ਼ ਹਵਾ ਮਿਲਦੀ ਪਿੰਡਾਂ ਵਿੱਚ ਤਾਂ ਪੋਲਿਊਸ਼ਨ ਬਹੁਤ ਸ਼ਹਿਰਾਂ ਵਿੱਚ ਤੇ ਪੋਲਿਊਸ਼ਨ ਬਹੁਤ ਹੁੰਦੀ ਆ ਇਸ ਕਰਕੇ ਇਸ ਚੀਜ਼ ਦਾ ਕੁਦਰਤ ਦਾ ਦੇਣ ਦਾ ਨਜ਼ਾਰਾ ਉਠਾਓ ਆਪਣੀ ਸਿਹਤ ਨੂੰ ਤੰਦਰੁਸਤ ਬਣਾਓ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨੈਬ ਸਿੰਘ ਸਰਪੰਚ ਪਿੰਡ ਮਹਿਦੂਦਾਂ ਤੋਂ ਅੱਜ ਸਵੇਰ ਦੇ 10 ਵਜੇ ਤੇ ਰਾਣਾ ਹਸਪੀਟਲ ਤੋਂ ਡਾਕਟਰ ਦਿਲਵਾਗ ਸਿੰਘ ਜੀ XMO ਆਪਣੀ ਟੀਮ ਦੇ ਨਾਲ ਗੁਦਾ ਕੈਂਸਰ ਅਭਿਆਨ ਕੈਂਪ ਜਿਹੜਾ ਸਾਡੇ ਪਿੰਡ ਮਹਿਦੂਦਾਂ ਵਿੱਚ ਲਗਾ ਰਹੇ ਹਨ ਅਤੇ ਸ਼ੂਗਰ ਦੀ BP ਦੀ ਹੋਰ ਵੀ ਕੋਈ ਵੀ ਸਰੀਰਕ ਪ੍ਰੋਬਲਮ ਹੈ ਉਹਦੇ ਬਾਰੇ ਜਾਣਕਾਰੀ ਦਿੰਦੇ ਹਾਂ ਅਤੇ ਮੈਡੀਸਨ ਫਰੀ ਦਿੰਦੇ ਹਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਰਾਣਾ ਹਸਪਤਾਲ ਦਾ ਉਹ ਜਿਹੜੇ ਜਦ ਵੀ ਸਾਡੇ ਥੋੜ੍ਹੇ ਜਿਹੇ ਸੁਨੇਹੇ 'ਤੇ ਜਿਹੜੇ ਇਸ ਤਰ੍ਹਾਂ ਦੇ ਸਿਹਤ ਪੱਖੀ ਅਭਿਆਨ ਹੈ ਚਲਾਉਂਦੇ ਰਹਿੰਦੇ ਹਾਂ ਤਾਂ ਧੰਨਵਾਦ ਕਰਦੇ ਹਾਂ ਡਾਕਟਰ ਦਿਲਵਾਗ ਸਿੰਘ ਜੀ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਰਜ਼ੇਵਿਆਂ 'ਚੋਂ ਰਜ਼ੇਵਾਂ ਕੱਢ ਕੇ ਅੱਜ ਸਾਡੇ ਨਗਰ 'ਚ ਪਧਾਰੇ ਹੈ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਦੁਬਾਰਾ ਤੋਂ ਫਿਰ ਇਸ ਤਰ੍ਹਾਂ ਬਹੁਤ ਵਧੀਆ ਅੱਜ ਜਿਹੜਾ ਚੈੱਕਿੰਗ ਆਫ ਕੈਂਪ ਹੈ ਸਵੇਰ ਦਾ 10 ਵਜੇ ਤੋਂ ਲੱਗ ਕੇ 2 ਵਜੇ ਤੱਕ ਚੱਲੂਗਾ ਅਸੀਂ ਵੀ ਆਪਣੇ ਗ੍ਰਾਮ ਪੰਚਾਇਤ ਮਹਿਦੂਦਾਂ ਕਰਨੀ ਤੋਂ ਜੋ ਵੀ ਸਹਿਯੋਗ ਦੀ ਲੋੜ ਹੋਈ ਇਹਨਾਂ ਨੂੰ ਉਹ ਹਰ ਟਾਈਮ ਦੇਣ ਵਾਸਤੇ ਤਿਆਰ ਹੈ ਤਰਪ ਰਹਿੰਦੇ ਹਾਂ